ਸ਼ਿਮਤਾਜਦਾਰ ਵਿਲਾਇਤ ਦਾ ਫਰਮਿੰਦਾ ਉਸ ਬੰਦੇ ਨੂੰ ਪੂਰੀ ਜ਼ਿੰਦਗੀ ਰਿਜ਼ਕ ਦੀ ਕਮੀ ਨਹੀਂ ਆ ਸਕਦੀ ਜਿਹੜਾ ਸਾਡੇ 14 ਤੇ ਖੁੱਲ੍ਹੇ ਦਿਲ ਨਾਲ ਦਰੂਦ ਭੇਜੇ। ਬਾਰੇ ਤਕਬੀਰ ਅੱਲਾ ਅਲੀ ਦੇ ਵੀ ਖਾਲਿਕ ਹੈ। ਸਾਰੇ ਸਾਹਿਬਾਨ ਮਿਲ ਕੇ ਨਾਰੇ ਦਾ ਜਵਾਬ ਦਿਓ, ਨਾਰੇ ਤਕਬੀਰ ਮਾਸ਼ਾਅੱਲਾ, ਨਾਰੇ ਰਿਸਾਲਤ, ਨਾਰੇ ਹੈਦਰੀ। ਜਿੰਦ ਖਾਈਏ ਉਹ ਦਖਾਈਏ, ਹੱਥ ਬੁਲੰਦ ਹੋਵੇ ਫਲਕ ਸ਼ਿਗਾਫ, ਨਾਰਾ ਹੈਦਰੀ ਹੁਸੈਨੀਅਤ। ਜਿਸ ਬੰਦੇ ਦਾ ਮੋਹਸਿਨ ਹੁਸੈਨ ਹੈ ਉਹ ਬੰਦਾ ਵਾਜਿਬ ਸਮਝ ਕੇ ਇਸ ਨਾਰੇ ਦਾ ਜਵਾਬ ਦੇਵੇ, ਹੁਸੈਨੀਅਤ। ਪਿਛਲੇ ਸ਼ਾਮਿਲ ਹੋ ਬੋਲੋ, ਹੁਸੈਨੀਅਤ। ਇੱਕ ਦਫ਼ਾ ਫਿਰ ਜ਼ਹਿਮਤ ਫਰਮਾਓ, ਸਾਰੇ ਖੁਸ਼ਬੂ ਖਜ਼ੂ ਨਾਲ ਬੋਲੋ, ਹੁਸੈਨੀਅਤ। ਯਜ਼ੀਦੀਅਤ ਆਲੇ ਮੁਹੰਮਦ ਦੇ ਦੁਸ਼ਮਨ ਤੇ ਲਾਨਤ, ਸੈਯਦ ਸ਼ਹਾਦਾ ਦੇ ਕਾਤਲਾਂ ਤੇ ਲਾਨਤ, ਦਰਬਾਰੇ ਹਜ਼ਰਤ ਇਮਰਾਨ ਅਲੈ ਸਲਾਮ ਜਿਤਨੇ ਸਾਦਾਤ ਮੁਮਿਨੀਨ ਮੌਜੂਦ ਹੋ, ਕੋਸ਼ਿਸ਼ ਕਰਕੇ ਅਵਲ ਤੋਂ ਆਖਿਰ ਇੱਕ ਸਲਵਾਤ ਇਤਨੀ ਬੁਲੰਦ ਤਿਲਾਵਤ ਫਰਮਾਓ, ਜ਼ਿਕਰ ਦੇ ਸਦਕੇ ਚ ਦੁਆਵਾਂ ਮੁਸਤਜਾਬ ਹੋ ਜਾਣ। ਦੁਆ ਹੈ ਮਾਲਿਕ ਅੱਲਾਹ ਤੁਹਾਡੀ ਸਾਡੀ ਡਿਊਟੀ ਨੌਕਰੀ ਕਬੂਲ ਔਰ ਮਨਜ਼ੂਰ ਫਰਮਾਓ, ਇਸ ਰਹਿਮਤਾਂ ਬਰਕਤਾਂ ਵਾਲੇ ਮਹੀਨੇ ਦੇ ਸਦਕੇ ਚ ਮਾਲਿਕ ਤੁਹਾਡੇ ਘਰਾਂ 'ਤੇ ਰਹਿਮਤਾਂ ਬਰਕਤਾਂ ਨਾਜ਼ਿਲ ਫਰਮਾਓ। ਆਮੀਨ ਭਰਪੂਰ ਅੰਦਾਜ਼ ਨਾਲ ਆਖੋ, ਆਮੀਨ ਆਖਣ ਨਾਲ ਦੁਆ ਕਰੀਬ ਹੁੰਦੀ ਹੈ। ਮੈਂ ਬਹੁਤ ਬੜੀ ਦੁਆ ਪਿਆ ਮੰਗਦਾ, ਅੱਲਾਹ ਮੁਹੰਮਦ ਮੁਸਤਫਾ ਦੀ ਧੀ ਦਾ ਰੋਜ਼ਾ ਸੋਹਣਾ ਬਣੇ। ਉਸ ਬੰਦੇ ਨੂੰ ਸਲਾਮ ਹੈ ਜਿਸ ਬੰਦੇ ਇਸ ਦੁਆ ਦੇ ਬਾਅਦ ਆਮੀਨ ਆਖੇ। ਕਰੀਮ ਅੱਲਾਹ ਅਲੀ ਉਨ ਵਲੀ ਉੱਲਾਹ ਪੜ੍ਹਨ ਵਾਲਿਆਂ ਦੀ ਮੁਹਾਫਜ਼ਤ ਫਰਮਾ। ਮਾਲਿਕ ਅੱਲਾ ਸਾਡੀ ਲੱਖਾਂ ਕਰੋੜਾਂ ਦੁਆਵਾਂ ਦੀ ਇੱਕੋ ਦੁਆ, ਇੱਕੋ ਇਲਤਜਾ, ਹਰ ਦਿਲ ਦੀ ਸਦਾ ਬਾਨੀ ਫਰਸ਼ ਅਜ਼ਾ, ਵਾਰਸ ਖੂਨ ਹੁਸੈਨ ਸ਼ਹਿਨਸ਼ਾਹ ਮੁਅੱਜ਼ਮ ਬਕੀਅਤੁੱਲਾ ਹਿਲਾਜ਼ਮ ਹੁਜਤ ਦੌਰਾ ਅੱਲਾ ਵਲੀ ਉਲ ਅਸਰ ਦੇ ਜ਼ਹੂਰ ਚ ਤਾਜੀਰ ਫਰਮਾ। ਸੁਣਾਈ ਰਾਹਿਬ ਨੇ ਬੇਟੋਂ ਕੋ ਦਾਸਤਾਨ ਯਕੀਨ, ਥੱਕੇ ਤਾਂ ਨਹੀਂ ਬੈਠੇ ਸਹੀ? ਮੈਂ ਇੱਕ ਤਵੀਲ ਸਫ਼ਰ ਕੀਤਾ ਹੈ ਤੁਹਾਡੀ ਜ਼ਿਆਰਤ ਦੀ ਖਾਤਰ, ਬਜ਼ਮੇ ਜ਼ਾਕਰੀ ਵਿੱਚ ਬਹੁਤ ਛੋਟਾ ਜਿਹਾ ਜ਼ਾਕਿਰਾ, ਇਹਨਾਂ ਬਿਰਾਵਾਂ ਦੇ ਹੁਕਮ ਦੀ ਤਾਮੀਲ ਵਿੱਚ ਤੁਹਾਡੀ ਜ਼ਿਆਰਤ ਵਾਸਤੇ ਤੁਹਾਡਾ ਨੌਕਰ ਹਾਜ਼ਰ ਖਿਦਮਤ, ਇਸ ਸ਼ੇਰ ਵਿੱਚ ਮਜਲਿਸ ਹੈ। ਫਿਰ ਮੈਂ ਤਾਇਨ ਕਰਨਾ ਵੀ ਮੈਂ ਕਿਹੜਾ ਰਸਤਾ ਇਖਤਿਆਰ ਕਰਾਂ, ਵਕਤ ਵੀ ਬਚਾਉਣਾ, ਨੌਕਰੀ ਵੀ ਮੁਕੰਮਲ ਕਰਨਾ। ਬੂਰੇ ਵਾਲੇ ਦਾ ਜ਼ਾਕਰਗਰ ਮਜਮਾ ਔਰ ਸ਼ੇਰ ਸ਼ਨਾਸ ਲੋਕ, ਸੁਣਾਈ ਰਾਹਿਬ ਨੇ ਬੇਟੋਂ ਕੋ ਦਾਸਤਾਨ ਯਕੀਨ, ਮੇਰਾ ਹੁਸੈਨ ਹੈ ਸਭ ਕੁਛ ਨਸੀਬ ਕੁਛ ਵੀ ਨਹੀਂ। ਕਿਆ ਬਾਤ ਹੈ, ਹਾਦਸ਼ਾਹ ਤੇ ਹੁਸੈਨ ਦੇ ਸਲਾਮ ਵਾਸਤੇ ਬੋਲੋ ਹੈਦਰੀ। ਸਲਾਮ ਹੈ ਭਾਈ, ਇਹਨਾਂ ਹੱਥਾਂ ਦੀ ਖੈਰ ਹੋਏ, ਮੇਰਾ ਹੁਸੈਨ, ਮੇਰਾ ਹੁਸੈਨ ਹੈ ਸਭ ਕੁਛ ਨਸੀਬ। ਲਓ ਮਾਸ਼ਾਅੱਲਾ, ਮਾਹੌਲ ਬੜਾ ਬਿਹਤਰ ਔਰ ਬੜਾ ਪੁਰਨੂਰ ਹੈ। ਦੋ ਮਿੰਟ ਦੀ ਜ਼ਹਿਮਤ ਤੇ ਕਸੀਦਾ, 37 ਬੰਦੇ ਇਹਨਾਂ ਕਤੀਫ ਵਿੱਚ ਸ਼ਹੀਦ ਕੀਤੇ ਨੇ ਸਾਊਦੀ ਵਿੱਚ, ਮੀਡੀਆ ਨਾਲ ਵੀ ਤੁਸੀਂ ਵਾਬਸਤਾ ਹੋ, ਨੌਜਵਾਨ ਤੇ ਕਮ ਅਜ਼ ਕਮ ਬਹੁਤ ਜ਼ਿਆਦਾ ਰਿਲੇਟਡ ਹੋ, ਕੀਤਨੀਆਂ ਨਹੀਂ ਸਾਊਦੀ ਵਿੱਚ 37 ਬੰਦਿਆਂ ਦੇ ਸਿਰ ਕਲਮ ਕੀਤੇ ਨਾ, ਜੁਰਮ ਮੁਹੱਬਤ ਹੁਸੈਨ, ਮੁਹੱਬਤ ਅਲੀ। ਫਿਰ ਆਏ ਦਿਨ ਡੇਰਾ ਇਸਮਾਇਲ ਖਾਨ ਵਿੱਚ ਕੋਈ ਨਾ ਕੋਈ ਸ਼ੀਆ ਟਾਰਗੇਟ ਹੋ ਰਿਹਾ,
پھر جڑے زائرین براستہ کوئٹہ تافتان حسین علیہ السلام دی زیارت واسطے جا رہے ہیں بسا چلا لا کے شناختی کارڈ ویکھ کے جس بندے دے نام دے نال عباس علی حسن حسین اس بندے دا کارڈ ویکھ کے اس نوں گڈی چلا کے شہید کیتا جا رہا ہے۔ ہر مجمع دا میں ذاکر ہی نہیں، اگر میں بات آسن انداز نال پہنچا سکیا تے ایدے چی قصیدہ ہے تے ایدے چی پوری مجلس، تاکہ جڑے لوگ جڑے بھائی ساڈے کراچی چ دھرنے چ بیٹھے انہاں نال بھی یکجہتی دا اظہار ساڈا، اسی بھی نال بولو بھائی شامل ہو جائیے، آواز ساڈی بھی انہاں تک پہنچ جائے بھی اسی تھوڑے نال۔ آ میرے قائم دی کچہری ہے جتھے بیٹھے ہو، غازی دے پہاڑے چ بیٹھے ہو، مجمع بڑھ کے نہیں قوم بڑھ کے، علی عمران واسطے نہیں ذکر حسین واسطے، اتنا بولی جو نجف دا شاہ راضی ہو گیا۔ جڑے زائرین تو گڈیاں چلا لا کے شہید پہ کرنا، آ میں بادشاہ حسین دی فرم دا ادنا جہ ملازمہ، میرا سوال ہے کتنے شہید کر سے؟ سو بندہ، ہزار بندہ، دس ہزار، پنجا ہزار، لکھ، دو لکھ، پانچ لکھ، کروڑ بندہ غلط قوم نو چھیڑ بیٹھے تو تین نہیں پتا انہیں بندیاں دی زندگی حسین نال ہے۔ شاید میں بات پہنچا سکاں بھائی، ساڈی زندگی دا نام حسین ہے، ساڈی زندگی موت دا مالک حسین ہے۔ ایک قوم غیرت مند قوم ہے، ایک قوم گھبراون والی قوم نہیں، یہ منظم قوم ہے۔ آج تین تاریخ بھول گئی ہے تے آ میں تاریخ دے ورگ کے ذرا پیچھے لے جا کے تینوں دکھا دیواں، تو کوئٹہ تافتان والے رستے تے کتنے شہید کر سکنا ہے؟ اس دور جس لے زیارت حسین تے انہیں پابندی لائی نا، انہیں اپنے ملازم سپاہی کھڑے کر دیتے بھائی کوئی بندہ حسین دے روضے والے پاسے نہ جا، نہیں اس بندے نو میرا عقیدہ شیعہ مندا جڑا علم دے سائے تلے بیٹھے تے ایسی بات دی تائید زبان نو زحمت نہ دے، ہر شے تے تیرے اندر ہے، قوم بن کے بولی بھائی داد واسطے میں آیا ہی نہیں۔ آ میں تن دساں، مومنہ عورت ہاتھ وچ سامان علی گٹھڑی، جھولی چھوٹا جا پتر، وہ ٹردی 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 اس سے چیک پوسٹ تے آ گئی، انہیں آخیا مائی ٹھہر جا، کدے آئی؟ ہوں ویک سا کتنے بندے ستے ہیں تو کتنے جاگتے ہیں، اس کا مائی کدھر آئی ہیں؟ مائی آ دی حسین دی زیارت واسطے۔ چلو شاید اتنی تائید ہی کافی ہوگی، حسین دی بولو زیارت واسطے، اس کے مائی تین پتہ نہیں؟ حالات خراب ہیں تے حاکم دا سخت آرڈر ہے، کوئی بندہ پرندہ کوئی بھی حسین دے حرم والے پاس سے روزے والے پاس سے جا نہیں سکتا، سخت آرڈر ہے سر۔ مائی ادی میں جاننی واقفیت علی داد میں چاہی دی نہیں، جتنا بولو میں راضی ہوں، جو دے اس کا بھی بھلا، جو نہ دے اس کا بھی بھلا، میرے مالک موجود ہیں، میرے مالک جان دیں، میں کی پہ پڑھنا؟ توجہ بھائی، اس کہ مائی تو نہیں جان دی، مائی ادی میں جان دی ہوں، اس کہ پھر بھی مائی تو آئی گئی تین ڈر نہیں لگا؟ اس کہ آ اس واسطے گئی ہاں، حسین غریب نواز ہے، شاید 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 ہر بندے تک میری بات نہیں پہنچی، اس کہ حسین غریب نواز ہے، اس دی کریمی دی کوئی حد کوئی نہیں، تو کون ہے مینوں روکنے والا؟ ایک اوکھی دعا ذہن وچ رکھنا تے پھر جملے دا لطف لینا، میں نے ویکھنا بھائی، اس کہ حسین غریب نواز، اس کہ مائی جو کچھ بھی کر لے تو حسین دے روزے تک نہیں جا سکتی، اس کہ کوئی حل ہے؟ ایک سپاہی اگے ود کے آدھا، ہاں حل ہے لیکن ہے بڑا اوکھا، کیونکہ ماما نوں اولاد بڑی پیاری ہوندی ہے، وہ آیا ہی نہیں مجلس جیڑا بول نہ سکے، قرآن دی قسم ہے میں تاریخ دے لفظ دہرا کے تینوں سنا رہا ہوں، اس کہ مائی حل ہے، اے جھولی والا چھوٹا پتر سانچ دے، اسی تیری اکھاں دے سامنے تیرا پتر قتل کرنے ہاں، پتر قتل کرا، جا حسین دی زیارت کر،
ਇੱਥੇ ਦਾ ਦਾਵੇ ਪਤਾ ਲੱਗੇ ਸ਼ੀਆ ਕੌਮ ਗੱਲ ਦਾ ਮੁੱਲ ਪਾਇਆ। ਮੈਨੂੰ ਅਲਮ ਦੀ ਕਸਮ ਹੈ, ਜੇ ਲਿਆ ਕਹਿੰਦਾ ਪੁੱਤਰ ਕਤਲ ਕਰਾ, ਜਾ ਹੁਸੈਨ ਦੀ ਜ਼ਿਆਰਤ ਕਰ, ਇਹ ਛੋਟਾ ਜਿਹਾ ਪੁੱਤਰ ਜ਼ਮੀਨ ਤੇ ਲਿਟਾ ਕੇ ਆ ਦੀਏ, ਇਸ ਨੂੰ ਕਤਲ ਕਰ, ਮੇਰੇ ਪੰਜ ਪੁੱਤਰ ਹੋਰ ਵੀ ਹੈ, ਮੈਂ ਉਹ ਵੀ ਲੈ। ਸ਼ਾਬਾਸ਼ ਭਾਈ, ਕਿਆ ਬਾਤ ਹੈ, ਹੱਥ ਮਜਮੇ ਦਾ ਨਹੀਂ ਕੌਮ ਦਾ, ਉੱਥੇ ਬੋਲੋ ਹੈਦਰੀ। ਗੌਰ ਫਰਮਾਈ ਹੈ ਨਹੀਂ ਮੇਰੀ ਗੁਜ਼ਾਰਿਸ਼, ਇਸ ਵਾਸਤੇ ਤਾਰਕ ਜੀ ਮੇਰੀ ਗੁਜ਼ਾਰਿਸ਼ ਹੈ, ਇਸ ਕੌਮ ਨਾਲ ਆਡਾ ਨਾ ਲਾ। ਇਹ ਹੁਸੈਨ ਦੇ ਇਸ਼ਕ ਪੁੱਤਰ ਪਿਆਰੇ ਨਹੀਂ ਕਰਦੇ, ਇਹ ਆਪਣੀ ਜਾਨ ਪਿਆਰੀ ਨਹੀਂ ਕਰਦੇ ਹੁਸੈਨ ਦੇ ਮਿਸ਼ਨ 'ਚ। ਆਓ ਏਡੇ ਮਜਮੇ 'ਚ ਕੋਈ ਤਾਂ ਬੰਦਾ ਬਣ ਸੀ ਇਹ 70 ਦਾ ਖਰੀਦਾਰ। ਆ ਮੈਂ ਤੈਨੂੰ ਦੱਸਾਂ, 14 ਦੇ ਦਰਬਾਰ 'ਚ ਖਲੋ ਕੇ ਪਿਆਦਾ, ਤੇਰੀ ਜ਼ਿੰਦਗੀ ਦਾ ਤੋਹਫਾ ਤੈਨੂੰ ਦੇ ਕੇ ਜਾ ਰਿਹਾ। ਲੇਕਿਨ ਜਿਹੜਾ ਬੰਦਾ ਸ਼ੇਰ ਦੇ ਰਮੂਜ਼ ਤੋਂ ਵਾਕਿਫ ਹੈ, ਉਸ ਬੰਦੇ ਵਾਸਤੇ ਮੈਂ 70 ਪੜ੍ਹਨ ਲੱਗਾ। ਉਸ ਕੌਮ ਨਾਲ ਕੋਈ ਆਡਾ ਕੀ ਲਾਵੇ, ਜਿਸ ਕੌਮ ਦੀ ਖੁਸ਼ੀ ਵੀ ਆਲੇ ਮੁਹੰਮਦ ਨਾਲ, ਜਿਸ ਕੌਮ ਦਾ ਗਮ ਵੀ ਆਲੇ ਮੁਹੰਮਦ ਨਾਲ। ਗਾਜ਼ੀ ਅੱਬਾਸ ਦਾ ਵਾਸਤੇ, ਇਤਨਾ ਬੋਲੀ ਜ਼ੁਬਾਨ ਨਾਲ ਜਿਤਨਾ ਤੇਰਾ ਦਿਲ ਬੋਲੇ। ਫਿਰ ਮੈਂ ਅਲਮ ਦੀ ਕਸਮ, ਇਹ ਮੁਲਕ ਦੇ ਮਿੰਬਰ 'ਤੇ 70 ਪੜ੍ਹੀਏ, ਹਰਮ ਕਾ ਕਰਬੋ ਬਲਾ ਸੇ ਮੁਕਾਬਲਾ ਕੈਸਾ, ਯਹਾਂ ਖਿਲਾਫ ਨਹੀਂ ਸਰ ਚੜ੍ਹਾਏ ਜਾਂਦੇ ਹੈ। ਬੋਲੋ ਜਨ, ਗੱਲ ਦੀ ਸਮਝ ਆਈਏ ਬਾਈ, ਕਿਆ ਬਾਤ ਹੈ। ਹੱਥ ਮਾਤ ਵੀ ਦਾ ਉੱਠੇ, ਲੱਭੇ ਕੀਆ ਹੁਸੈਨ, ਬੋਲੋ ਆਬਾਦ ਰਹੋ ਭਾਈ। ਮੈਂ ਰਾਜ਼ੀ ਹੋ ਗਿਆ, ਕੁਰਾਨ ਦੀ ਕਸਮ ਹੈ, ਹਰਮ ਕਾ ਕਰਬੋ ਬਲਾ ਸੇ ਮੁਕਾਬਲਾ ਕੈਸਾ, ਯਹਾਂ ਖਿਲਾਫ ਨਹੀਂ। ਕਹਿ ਸੁਣੀਏ ਮੇਰੀ ਗੱਲ, ਮੈਂ ਕੀ ਪੜ੍ਹਿਆ। ਆਓ ਇੱਕ 70 ਹੋਰ ਸੁਣ ਤੇ ਕਸੀਦਾ ਪੜ੍ਹਾਂ। ਆਓ, ਜਿਹੜਾ ਬੰਦਾ ਤਾਰੀਖ ਨਹੀਂ ਜਾਣਦਾ, ਉਸ ਬੰਦੇ ਕੋਲੋਂ ਦਾਦ ਅਲੀ ਇਮਰਾਨ ਕਈ ਮੰਗੇ। ਤਾਰੀਖ ਜਾਣਨ ਵਾਲੇ ਬੰਦੇ ਵਾਸਤੇ ਇੱਕ ਸ਼ੇਰ ਮੈਂ ਹੋਰ ਪੜ੍ਹਦਾ, ਯਾਦ ਰੱਖੇ ਜ਼ਮਾਨਾ। ਅਗਰ ਕੋਈ ਅਹਿਲ ਸੁਨਤ ਭਾਈ ਮਜਲਿਸ ਵਿੱਚ ਮੌਜੂਦ ਹੈ, ਉਸ ਵਾਸਤੇ ਮੈਂ ਜੁਮਲਾ ਪੜ੍ਹ ਕੇ ਸਲਾਮ ਪਿਆ ਦੇਣਾ। ਯਹ ਕਰਬੋ ਬਲਾ ਹੈ ਯਹਾਂ ਫਿਰਾਉਨ ਕੇ ਡਰ ਸੇ, ਮੂਸਾ ਕਿਸੀ ਦਰਿਆ ਮੈਂ ਬਹਾਇਆ ਨਹੀਂ ਜਾਂਦਾ। ਨਹੀਂ ਨਹੀਂ ਨਹੀਂ, ਚਲੋ ਜਿਹੜੇ ਬੋਲੇ ਹੋ, ਤੁਹਾਡੀ ਜੁੱਤੀ ਨੂੰ ਮੇਰਾ ਸਲਾਮ ਹੈ, ਵਗਰਨਾ ਏਡੇ ਤਰੀਖੇ ਦੌਰ 'ਚ ਐਸੀਆਂ ਗੱਲਾਂ ਦੀ ਗੁੰਜਾਇਸ਼ ਹੀ ਕੋਈ ਨਹੀਂ। ਇੱਕ ਲਫ਼ਜ਼ ਮੈਂ ਹੋਰ ਪੜ੍ਹ ਦੇਵਾਂ ਤਾਂ ਕਿ ਸਾਰੇ ਬੰਦੇ ਸ਼ਾਮਿਲ ਹੋਵੋ, ਤਾਂ ਮੈਂ ਕਸੀਦਾ ਪੜ੍ਹਾਂ। ਆਓ, ਜਿਸ ਬੰਦੇ ਇੱਕ ਦਫ਼ਾ ਜ਼ਿੰਦਗੀ 'ਚ ਯਾ ਹੁਸੈਨ ਆ ਕੇ ਸੀਨੇ 'ਤੇ ਹੱਥ ਮਾਰੇ, ਉਹ ਬੰਦਾ ਹੁਸੈਨ ਦੇ ਅਕਬਰ ਦਾ ਮਾਤਮੀ ਹੈ, ਅਤੇ ਮਾਤਮੀ ਚੋਖੇ ਬੈਠੇ ਹੋ, ਮਾਤਮੀ ਨਾ ਬੋਲੇ ਤਾਂ ਕੌਣ ਬੋਲੇ। ਆਓ ਐਲਾਨ ਕਰਕੇ ਜਾ ਰਹੇ ਹਾਂ, ਲਗਾਈ ਜਾਤੀ ਹੈ ਮਾਤਮ ਪੇ ਬੰਦਿਸ਼ੇ ਜਿਤਨੀ, ਸਦਾਏ ਸੀਨੋ ਸੇ ਉਤਨੀ ਬੁਲੰਦ ਹੋਤੀ ਹੈ। ਓਏ ਜ਼ਿਕਰ ਸ਼ਬੀਰ ਫਾਇਰਿੰਗ ਸੇ ਰੋਕਨੇ ਵਾਲੋ, ਕਭੀ ਹਵਾਏਂ ਵੀ ਮੁੱਠੀ ਮੇ ਬੰਦ ਹੋਤੀ ਹੈ। ਨਾ ਬਈ ਨਾ ਅਵਲ ਤੋਂ ਆਖਿਰ ਅਲੀ ਵਾਜੇ ਬੋਲੋ ਹੈ। ਹਾਂ ਬਈ, ਤਬੀਅਤ ਹੋਵੇ ਤਾਂ ਮੈਂ ਕਸੀਦਾ ਪੜ੍ਹਾਂ। ਦੀਨ ਖਾਲਕ ਕੇ ਮੁਕੱਦਰ ਕੋ ਜਗਾਨੇ ਨਿਕਲਾ, ਦੀਨ ਖਾਲਕ ਕੇ ਮੁਕੱਦਰ ਕੋ ਜਗਾਨੇ ਨਿਕਲਾ, ਦੀਨ ਖਾਲਕ ਕੇ ਮੁਕੱਦਰ ਕੋ ਜਗਾਨੇ ਨਿਕਲਾ, ਦੀਨ ਖਾਲਕ ਕੇ ਮੁਕੱਦਰ ਕੋ ਜਗਾਨੇ ਨਿਕਲਾ। ਬਹੁਤ ਪਿਆਰੇ ਭਾਈ ਜਨਾਬ ਸੈਯਦ ਇਮਰਾਨ ਹੈਦਰ ਕਾਜ਼ਮੀ ਸਾਹਿਬ, ਬਹੁਤ ਮਿਹਰਬਾਨੀ ਹੈ ਤਬੀਅਤ ਜੀ। ਦੀਨ ਖਾਲਕ ਕੇ ਮੁਕੱਦਰ ਕੋ ਜਗਾਨੇ ਨਿਕਲਾ, ਦੀਨ ਖਾਲਕ ਕੇ ਮੁਕੱਦਰ ਕੋ ਜਗਾ
شبیر تو اللہ کو بچانے نکلا بہت مہربانی حسین انبیاء دا محسن نانے دا محسن بابے دا محسن حسین او جس اس دی توحید بچائیے لو جی زحمت تمام ہو گئی بہت جلدی اپنے عزت علی ویر دے حوالے ممبر کراں آج شبیر تو اللہ کو بچانے نکلا کیوں ترے حسین مدینے تو کربلا لے پاسے بابا جی بھائی جان حسین کس مشن دے تحت ترے مجھے دیکھیں آپ تو میں آپ کو ایک لفظ پہنچانا چاہتا ہوں تو گل کری پی آدھا گھر سے نکلا ہے یہ غیرت کا قبیلہ لے کے گھر سے نکلا ہے یہ غیرت کا قبیلہ لے کے ساتھ زہرا کی دعاؤں کا وسیلہ لے کے ساتھ زہرا کی دعاؤں کا وسیلہ لے کے خالق سے ہی جینے کی ادا پائی ہے اس کی پیشانی سے سجدوں نے بقا پائی ہے لے کے یثرب سے یہ وحدت کے خزانے نکلا فرش پہ ذاتی مولا یہ بنانے نکلا آباد رہو بھائی سیٹی جلدی پہ تھوڑا نہیں پتہ لگے لگتا اس کو آپریٹ کرے آباد رہو بھائی بہت مہربانی نہیں 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 گزارش سنو اگر نعرے تے دل نہیں تو گزور زبردستی تھوڑی ہے علی دا نعرہ لایا تیرا فائدہ کو علی دا فائدہ تھوڑی ہے تیرے مزاج دی گل ہے فرش پہ ذاتی مولا یہ فرش پہ ذاتی مولا یہ بنانے نکلا آؤ سیدہ دے پتران دا مہرہ لدا کرا چپ آزما میں سیدہ دے پتران دی لگی ہوئی مہرہ آزما میں لیکن شرط اس بندے نالے جس دا ذہن طبیعت مزاج مجلس اچھے جیڑا سجے کھبے پویندے میرے کولو قسم لے لو اس بندے واسطے میں پڑھدا ہی نہیں پیا حسین دے مشن وچ پھر کون کون ٹریا حسین علیہ السلام دے نال گل کڑی پیا دا اس کے لشکر میں سپاہی بھی نرالے دیکھے اس کے لشکر میں سپاہی بھی نرالے دیکھے شیر خاری میں بھی حیدر سے جیالے دیکھے ہاتھ کسی کا محتاج نہ ہوئے جڑا اوکھی گل تے اٹھے دیکھے شیر خاری میں بھی حیدر سے جیالے دیکھے یہ جن کلا ہے زمانے کا یہ بانی بھی ہے اس کے لشکر میں محمد کی جوانی بھی ہے کرے ہاتھ شیعہ دا نہ ہوئے جڑا نہیں اٹھیا ہاتھ بلند کرو حسین دا بات بھی بولے حیدری آباد رہو آباد رہو آباد رہو اے ہاتھ نجف دیوالی دی زری نرمس ہو میرا ہاتھ بلند کرو حیدری آباد رہو بھائی بستے رہو عزت تالا دربار ہے شاللہ عزت لے کے اٹھو حق ادا کی تنے میں بات مکمل کرنی جانا پی آدھا اس کے لشکر میں سپاہی بھی نرالے دیکھے اس کے لشکر میں سپاہی بھی نرالے دیکھے شیر خاری میں بھی حیدر سے جیالے دیکھے شیر خاری میں بھی حیدر سے جیالے دیکھے یہ جن کلا ہے زمانے کا یہ بانی بھی ہے اس کے لشکر میں محمد کی جوانی بھی ہے اپنے ہر فوجی کو نبیوں سے بڑھانے نکلا نوک نیزا پہ ہے قرآن سنانے نکلا بولو سارے بولو
امام حسین تھانوں بستہ رکھے لو بہت مہربانی امام حسین تھانوں بستہ رکھے بہت مہربانی اچھا گزارش یہ ہے گزارش یہ ہے میں نوکری کرنا میں نوکری کر میرے بعد بھی میں ہی پڑھنا ہے تو میرا خیال ہے کہ بندے ونڈ کے پڑھنا چاہیے آخری بندے تک توجہ حکم ہے مینو ایک سطر دا پنجابی زبان دی ایک کوئی سطر شیر نہیں عمران شاہ جی فقط ایک وسیم بھائی ترا مصرا چاچا جی ایک ترا مصرا بزرگاں دی یاد او بزرگ نہیں اے ادھر والے بزرگ جنہاں لوگاں ساری زندگی حضرت قمر صاحب نو سنے ہیں جنہاں سائیں منظور حسین صاحب نو سنے غازی وسطہ رکھے جی چونکہ اوہی دھرتی اوہی مٹی اوہی میرا وطن تو میں اس تسلسل نو اس بات نو قائم رکھ دیا ہویا ایک انہاں دی سطر انہاں دی روح دی تسکین واسطے پڑھنی چاہنا تے پھر ٹھیٹ پنجاب تے ٹھیٹ پنجابی لین جانے تے حسین جانے تم اپنی ذات کی بخشش بھی کر نہیں سکتے علی جہاں کے گناہ بھی معاف کرتا ہے اوے تمہاری ماں کی گزری ہے بت پرستی میں علی کی اماں کا کعبہ طواف کرتا ہے کیا بات ہے بھائی اے ہن اٹھنے ہاتھ بھائی لو جی اے جڑے بزرگ چہرے نظر آ رہے ہو اے جڑی ینگ جنریشن ہے انہاں تے نہیں سنیا نہ انہاں ویکھی ہو سن لیکن اے جڑے بزرگ چٹی داڑی والے نظر آ رہے ہو تھواندے کولو دعا لون دی خاطر بزرگاں دی ایک سطر پڑھا اگر کوئی پوچھے میرے تو سائیں دسے کہ کعبے چ من حیدر دی کی لین گئی اگر کوئی پوچھے میرے تو سائیں دسے کہ کعبے چ من حیدر دی کی لین گئی اگر کوئی پوچھے نقشہ پیش کرنا چاہتا غازی دا واسطہ سر جو کی لہن گئی تو میں عرض کر سا کہ کعبے دے اندروں علی تو علی دی اماں علی لہن گئی دو ہیں ذاکر ہی نہیں ہوں جڑا وقت شناس نہ ہو میں کیا کہ اذان دے بعد کیفیت دا نام صاحب ہے اپنا نہ روے بار ہوں آکے کوئی نہیں روے ادب یا اذان دے بعد نمازی کہہ دی کیتا شام دے وچ اعلان غریب رات ودا کے پیا دے میڈی چون سالاں دی آئیو بین آئی جیڑی مر گئی اے وچ دن میں کائنات قربان کرا میڈی چون سالاں دی بین آئی جیڑی مر گئی اے وچ دن سیدہ دائیں دن کوئی نہیں وہ میات چوامن والا تواڑے شہر دے وچ مہمانے بلاوے جس بندے اوکھی گلتے ہائے کیتی ہے غریب رات وڈاؤ کے پیا دے منت لاؤ کوئی آن شریک او جنازہ تھی وے میں نہ تھی گیا بہو نقصان خیر بھائی
میرے وقت چو چار منٹ بچ گئے ہیں. کیسے سجاد نے وہ وقت گزارا ہوگا, نام زینب جب ظالم نے پکارا ہوگا, نوک نیزہ پہ تڑپنے لگا سر سید کا, کیوں پھر سکینہ کو کسی شخص نے مارا ہوگا. کری اندھیاں دے پردے ہو بھلا ہوئے نوکرا بابا جی. کیسے سجاد نے وہ وقت گزارا ہوگا, نام زینب جب ظالم نے نوک نیزہ پہ تڑپنے لگا سر سید کا, پھر سکینہ کو کسی شیمر نے مارا. جتنے سید بیٹھے ہو میں امتی ذاکر ہاں, وہ بی بی جن دی زندگی تھوڑی آئی دکھ دے رہا ہے. میں خود ازادار ہاں خود ماتمی ہاں, رلی حسین تڑتے راضی ہوئے بانیان دے خاندان دے مرحومین مالک انہوں دے درجات بلند فرما. بورے آلے دے غیرت مندہ حسین دا ذاکرہ چاو دا زوارہ جھولی پھیلا, میں تیرے حق کی دعا پہ کردہ حسین دا. اللہ تینو اتنی دیر تک موت نہ دے وے جب تک ماں ماں بہنہ دیاں بچہ نو نار لا کے او جہاں نوانجوے کے, جتھے آج بھی غریب آلے قبرستان اچھ زخمی کرنا دا. مرحبا 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 اے ایمال مجلسے سمجھ کے رومی بھائی, وہ بی بی جن دی زندگی تھوڑی آئی دکھ دے رہا ہے نا. عمران شاہ جی درجات بلند ہوئے, مولوی غلام عباس نوتکی, حاجی ناصر عباس نوتک دے والد. ہو سکتا ہے میں ماتمی ایتھی سلام کر دیں, اس تو اگے پڑھن دی گنجائش نہ رہے. کیفیت دا نام صاحب رکھ اپنی دھین ذہن تیری آئے کیویں نہ نکلے. اس لفظ دا ثواب اس بزرگ ذاکر دی روح نو پہنچے. او بورے والے دے غیرت منداں میں علم دی قسم ہے, او بزرگ پڑھدا ہوندا پیو تے دھی دا مقدر عجیب. کربلا دے میدان چ دھی پیو نو ملن آئی, پیو دی مک گئی شام دے جنگل چ, پیو دھی نو ملن آیا تے دھی دی مک گئی. مرحبا 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 انجے حق کے, انجے حق کے غریباں نوں رومن دا بھائی. رلی حسین تیرے میرے حق کے دعا کر کے جاوے. شہادت نہ میں پڑھ سکدا, جہان دے ذاکر رل کے پڑھن تے اس بی بی دے دکھ پورے نہیں پڑھ سکدا. انجے با جی تسی سیدو میں امتی ذاکر ہاں, تسی اپنے حساب نال پڑھ دے ہو, لیکن میں ڈر لگدا ہے جڑے ادب دی ذاکری دے قائل ہو. میں دو اشارے کرنے سارے سفر سجاد نو آدھی سجاد پیر اگا کر تیرے پیر چکنڈے چکن. واہ بھائی واہ, بھلا ہوئے جس اس لفظ تے آئے کیتی. مولا دا مدد آئے میرا ویر مالک اس نو پتر دے وے عمران کاظمی نو. اے میرے سر تے قرآن کیڑا شیعہ جندی ہائے نہ نکلے, او چٹھی ڈاڑی والے بزرگاں کئی مقام ایسے آئے چاچا جتے پانی مل رہی پیندی کوئی نہیں. سجاد زنجیرت سٹ کے آ دیے سجاد, توڑے ایک نماز تو سوکھی پڑھ لے. مرحبا مرحبا مرحبا, آ میری سین, آ میری سین انہاں لوگاں دیاں آواز تیرا ہم فرما. سجادہ کہنا سکینہ مل جو گئی پیندی کیوں نہ ہوں. دو منٹ دی بقایا مجلس ہے ایوینٹ ہو. عمران شاہ جی میں کئی دفعہ شام گیا, اللہ تھوڑا سارے انہوں شام بھی کھاوے. ایوین میں رلی حسین دی زریج پڑیا, مخدرات عصمت دی زریج میں ہاتھ کدی نہیں لایا, لیکن میں زریج کھلو کے ایوین پڑیا علم دی قسم ہے. او بورے آلے دے غیرت مندہ بڑھ قیامت گئی آئی شام ہو میں ڈالی ہے شام علی بی بی تیرے میرے حق کے دعا کر کے جاوے. اللہ سات پتر دیوی دعا کی تھی کر اللہ تیرے میں کدھی ضرور دیوے. میں نو علم دی قسم ہے مٹی تے بہ کے رون والے عزادارا پتر جائیداد دے وارث ہونے دیا میت دیا وارث ہوندی ہے. عمران شاہ جی اسی سفر کرنے آ ہر ویلے اس کئی بڑا زمانے تے پھر کے جتے اللہ نہ کرے پیو مر جاوے میت تے جھگڑے. کوئی پھر آکسیو مکان میرا, کوئی آکسیو دکان میری, کوئی آکسیو جائیداد میری نہیں آیا. او بندہ جنی ہائے نہ نکلے علم دی قسم ہے واحد اک دھی ہوندی ہے جڑی موئے پیو دے منہ تو منہ نہیں چھیندی. اکل مار کے آ دیا لے بابا تو تریا وے نے میرا پھیکا بوا بند پیا ہو گئے. آ دیا لے بابا کو بھر جائیں دی مرضی.
ਹੋਵੋ ਨਾ ਯਾਰ, ਤੇਰੀ ਅੰਧੀਆਂ ਦੇ ਕੱਜ ਹੋਵੇ। ਅੱਲਾ ਮੇਰੇ ਭਾਈ ਨੂੰ ਸਾਹਿਬੇ ਔਲਾਦ ਕਰੇ, ਆਮੀਨ ਜ਼ਰੂਰ ਆਖ ਲੈ ਕਰੋ। ਜਿਨ੍ਹਾਂ ਝੋਲੀਆਂ 'ਚ ਪੁੱਤਰ ਨਹੀਂ ਬੰਦੇ ਪੁੱਤਰ ਮੰਗ ਲਓ। ਮੈਂ ਕਾਇਮ ਦੀ ਕਚਾਰੀ 'ਚ ਖੜਾ, ਇਸ ਕੈਫੀਅਤ ਨੂੰ ਧੀ ਦਾ ਪਿਓ ਸਮਝ ਸਕਦਾ? ਬਾਬਾ ਜੀ ਤੁਸੀਂ ਜਾਣਦੇ ਹੋ ਮੇਰੀ ਆਪਣੀ ਇੱਕ ਧੀ ਹੈ, ਮੇਰੇ ਦੋ ਪੁੱਤਰ ਸਫ਼ਰ ਵਾਸਤੇ ਨਿਕਲੀ ਹੈ। ਪੁੱਤਰ ਆਖਸੀ ਬਾਬਾ ਫੁਲਾਂ ਸ਼ਹਿ ਲੈ ਕੇ ਵਾਪਿਸ ਆਵੀ ਹੈ, ਤੇ ਪੁੱਤਰ ਗੇਟ ਤੇ ਰੋਕ ਲੈਂਦੇ ਬਾਬਾ ਇਤਨੇ ਪੈਸੇ ਤੇ ਪਤਾ ਨਹੀਂ ਕਿਹੜੇ ਮਿਜ਼ਾਜ ਦੀ ਜ਼ਾਕਰੀ ਦਾ ਕਹਿ ਲੈ। ਪੁੱਤਰ ਆਖਸੀ ਬਾਬਾ ਮੈਂ ਇਤਨੇ ਪੈਸੇ ਆ ਕੇ ਆਣ ਕਿਉਂ ਨਾ ਲੈ ਕੇ ਗਏ। ਦੂਸਰਾ ਪੁੱਤਰ ਆਖਸੀ ਬਾਬਾ ਮੈਂ ਫੁਲਾਂ ਸ਼ਹਿ ਆਖੀਏ ਕਿਉਂ ਨਾ ਲੈ ਕੇ ਆਏ। ਪੰਨਾਦਾਰ ਮੇਰੀਆਂ ਮਾਵਾਂ ਭੈਣਾਂ ਦੀਆਂ ਸ਼ਾਮ ਵਾਲੀ ਬੀਬੀ ਦੀਆਂ ਕਨੀਜ਼ਾਂ, ਤੁਸੀਂ ਇਸ ਕੈਫੀਅਤ ਤੇ ਸੁਣ ਕੇ ਹਾਇ ਕਰਿਆ। ਅੱਲਾ ਜਾਣਦਾ ਕਿਆਮਤ ਦਾ ਮੰਜ਼ਰ, ਵਾਹਿਦ ਇੱਕ ਧੀ ਆਉਂਦੀ ਹੈ ਜਿਹੜੀ ਪਿਓ ਦੇ ਗੱਲ ਵਿੱਚ ਸਭ ਤੋਂ ਪਹਿਲੇ ਪਾਈ ਪੈਂਦੀ ਹੈ। ਮੈਂ ਆਪਣੀ ਗੱਲ ਕਰਦਾ, ਮੇਰੀ ਧੀ ਨਾਲੀ ਚਮਕਿਆ ਦੀ ਹੋਵੇ ਬਾਬਾ ਧੀ ਇਤਨਾ ਪੁੱਛਦੀ ਆ, ਮੈਂ ਦੱਸਾਂ ਤੁਹਾਡੀ ਤਬੀਅਤ ਤਾਂ ਠੀਕ ਹੈ? ਬਾਬਾ ਬਹੁਤ ਤੈਨੂੰ ਪਾਣੀ ਪਿਲਾਵਾ, ਬਾਬਾ ਖੈਰ ਨਾ ਲਾਇਓ। ਇਹ ਹੁੰਦੀ ਹੈ ਧੀ ਪੁੱਤਰ ਜਾਇਦਾਦ ਦੇ ਵਾਰਸ, ਜੀ ਮਈਅਤ ਦੀ ਵਾਰਸ। ਆਖਰੀ ਮਿੰਟ ਤੇ ਮੈਂ ਦੁਆ ਪਿਆ ਦੇਣਾ, ਔਖੀ ਦੁਆ ਦੇਣ ਵਿੱਚ ਰੱਖ ਲਈ ਮੈਨੂੰ ਲਿਓ ਸ਼ੈਣ ਦਾ ਜ਼ਾਕਿਰਾ। ਐ ਮੈਨੂੰ ਮਿੰਬਰ ਦੇ ਗਿਲਾਫ ਦੀ ਕਸਮ ਹੈ, ਤਾਰਕ ਜੀ ਵਾਧੀ ਸਾਰੇ ਦਿਨ ਦਾ ਹਾਲ ਪਿਓ ਨੂੰ ਦੱਸਦੀ ਹੈ। ਇੰਜੇ ਇਮਰਾਨ ਸ਼ਾਹ ਜੀ ਪਿਓ ਦੀ ਝੋਲੀਅਤ ਵਸੀਮ ਭਾਈ ਬਹਿ ਕੇ ਮਿੱਠੀਆਂ, ਜਿਨ੍ਹਾਂ ਦੀ ਨਿੱਕੀ ਧੀ ਹੈ ਉਹ ਬੰਦਾ ਕਫੀਅਤ ਸਮਝੇ। ਪਿਓ ਦੀ ਝੋਲੀਅਤ ਬਹਿ ਕੇ ਧੀ ਆਦੀ ਹੈ, ਬਾਬਾ ਤੂੰ ਘਰ ਕੋਈ ਨਾ ਆਇਆ, ਅੱਜ ਮੈਨੂੰ ਅੰਮਾ ਮਾਰੇ, ਅੱਜ ਮੈਨੂੰ ਚਾਚੇ ਮਾਰੇ, ਮੈਂ ਪੱਥਰਾਂ ਦਾ ਜ਼ਾਮਿਨ ਨਹੀਂ ਆ। ਵੇ ਬਾਬਾ ਤੂੰ ਤਾਂ ਘਰ ਕੋਈ ਨਾ, ਅੱਜ ਮੈਨੂੰ ਅੰਮਾ ਮਾਰਿਆ, ਅੱਜ ਮੈਨੂੰ ਦਾਦੀ ਮਾਰਿਆ, ਨਹੀਂ ਆਇਆ ਉਹ ਬੰਦਾ ਜਾਂਦੀ ਹਾਏ ਨਾ ਨਿਕਲੇ। ਅਲਮਾ ਦੀ ਕਸਮ ਹੈ ਸ਼ਾਮ ਦਾ ਜੰਗਲ ਹੈ, ਧੀ ਹੁਸੈਨ ਦੀ 4 ਸਾਲ ਦੀ, ਪਿਓ ਦਾ ਇਕੱਠੇ ਆਇਆ ਸਰ ਹੱਥਾਂ 'ਤੇ ਆਏ, ਪੇਸ਼ਾਨੀ ਤੁਰੇ ਤੇਰਾ ਸਾਫ਼ ਕੀਤੀ, ਹੱਕਲ ਮਾਰ ਕੇ ਆਦੀ ਆਵੇ ਜਬਰੀਲ ਦੇ ਪਰਾਂ ਤੇ, ਸੰਮਣ ਵਾਲਾ ਅੱਖ ਖੋਲ ਤੇ ਧੀ ਦਾ ਸਰਾਣਾ ਵੇ। ਕੋਈ ਬੈਠਾ ਜਿਹੜਾ ਧੀ ਦਾ ਪਿਓ ਹੋਵੇ ਤੇ ਇਸ ਗੱਲ ਨੂੰ ਬਰਦਾਸ਼ਤ ਕਰੇ। ਆਦੀਏ ਵੇ ਬਾਬਾ ਵੇਖ ਧੀ ਤਨ ਸਰਾਣੇ ਤੇ ਸਮਦੀ ਪਈ ਆ, ਪਿਓ ਦਾ ਕੱਟਿਆ ਹੋਇਆ ਸਰ ਹੱਥਾਂ ਤੇ ਚਾ ਕੇ। ਆਦੀਏ ਵੇ ਬਾਬਾ ਧੀ ਪੁੱਛਣ ਆਈ ਆ ਤੇਰੀਆਂ ਰੱਗਾਂ ਕਹਿ ਕੱਟੀਆਂ। ਆਦੀਏ ਵੇ ਬਾਬਾ ਮੈਨੂੰ ਘੋੜਿਆਂ ਨਾਲ ਵਜਾਇਆ ਨੇ, ਮੇਰੀ ਸਖਤ ਨਹੀਂ ਮੈਂ ਉਤੀ ਦਾ ਕਿਰਾ, ਮੈਨੂੰ ਡਰ ਪਿਆ ਲੱਗਦਾ ਆ, ਜ਼ਮੀਨ ਸ਼ਾਮ ਦੀ ਹੱਲੀ ਆਸਮਾਨ ਪਿਆ ਹੱਲਦਾ ਆ। ਹੱਕਲ ਮਾਰ ਕੇ ਆਦੀਏ ਵੇ ਬਾਬਾ ਵੇਖ ਤਾਂ ਸਹੀ ਧੀ ਮੁਰੜੀ ਥੀ ਗਈ। ਇਮਰਾਨ ਸ਼ਾਹ ਜੀ ਇੱਥੋਂ ਤੱਕ ਤਾਂ ਸਾਰੇ ਹੀ ਫੜਦੇ ਨੇ, ਜ਼ਮੀਨ ਸ਼ਾਮ ਦੀ ਹੱਲਣ ਲੱਗ ਪਈ, ਪਿਓ ਦੇ ਨਾਲ ਗੱਲਾਂ ਪਈ ਕਰਦੀ ਆਈ, ਜਾਂ ਬੀਬੀ ਦਾ ਰੂਹ ਪਰਵਾਸ ਕਰ ਗਿਆ। ਬੀਬੀ ਦਾ ਬਾਪ ਧੀ ਦਾ ਸਾਲਾ ਨੂੰ ਰੱਖਿਆ ਹੈ, ਆਸਮਾਨ ਵਾਲੇ ਪਾਸ ਮੂੰਹ ਕਰਕੇ ਆਉਂਦੀ ਹੈ, ਮੇਰੇ ਅੱਲਾ ਮੇਰੇ ਸੈਦ ਨਾਲ ਰਿਸ਼ਤੇ ਮੁੱਕ ਗਏ। ਪੁੱਤਰ ਕਰਬਲਾ ਧੀ ਸ਼ਾਮ ਦੇ ਜੰਗਲ 'ਚ ਮਰ ਗਈ, ਔਖੀ ਦੁਆ ਦੇਣ 'ਚ ਰੱਖਿਆ, ਜਿਹੜਾ ਬੀਬੀ ਦੇ ਹਰ ਵਿੱਚ ਮੈਂ ਵਹਿਣ ਪੜਿਆ, ਉਹ ਸੁਣੋ ਤੇ ਮੈਂ ਦੁਆ ਦੇਵਾਂ। ਕਿਆਮਤ ਦਾ ਮੰਜ਼ਰਾ, ਬੀਬੀ ਦੀ ਰੂਹ ਪਰਵਾਸ ਕਰ ਗਈ, ਪੌਣ ਨੀ ਅਸਗਰ ਤੇ ਸਕੀਨਾ ਦੀ ਮਾਂ ਸਜਾ ਦੁਦਾ ਨੂੰ ਆ ਕੇ ਮਾਂ ਦੇ ਸਾਹਮਣੇ ਬਹਿ ਗਏ, ਹੱਕਲ ਮਾਰ ਕੇ ਆਦਿ ਅੰਮਾ ਅੱਲਾ ਦੇ ਨਾਮ ਤੇ ਮੁਹਾਰੀ ਪੁੱਤਰ ਪੁੱਛਣ ਆਏ। ਅੰਮਾ ਦੱਸਾ ਮੈਦਾਨ ਕਰਬਲਾ ਵਿੱਚ ਮੇਰੇ ਅਕਬਰ ਨੂੰ ਬਰਛੀ ਲੱਗੀ ਤੇ ਡੁੱਖੇ ਮੈਂ ਨੱਗੀ ਤੇ ਅਸਗਰ ਨੂੰ ਤੀਰ ਲੱਗਾ, ਮੇਰੇ ਚਾਚੇ ਅੱਬਾਸ ਦੇ ਬਾਜ਼ੂ ਕਲਮ ਹੋਏ ਤੇ ਡੁੱਖੇ ਤੇ ਔਖੇ ਮੈਂ ਨੱਗੀ ਤੇ ਸੈਯਦਾ ਦੇ ਅੰਮਾ ਮੇਰੇ ਪਿਓ ਮਜ਼ਲੂਮ ਨਜ਼ਰ ਬਨਾਲ ਖੁਸ਼ਦਾ ਵੇਦੀ ਰਹੀ ਤੇ ਡੁੱਖੇ ਤੇ ਔਖੇ ਮੈਂ ਨੱਗੀ ਤੇ ਹੱਥ ਮਾਤਮੀ ਦਾ ਸੀਨੇ ਤੇ ਆਵੇ। ਆਦੀਏ ਵੇ ਬਾਬਾ ਸ਼ਾਮ ਦਾ ਜੰਗਲ ਏ, ਮੈਂ ਦੱਸਾਂ ਮੈਂ ਤੇਰੀ ਰੁੱਲੀ ਹੋਈ ਧੀਆਂ ਜਿਹੜੀ ਤੁਰੀ ਵਹਿਣੀਆਂ। ਉਹ ਜਵਾਨੋ ਬੀਬੀ ਰਬਾਬ ਗੱਲਾਂ ਪਈ ਸੁਣਦੀ ਏ, ਸਜਾਦ ਦੀ ਰੱਥ ਟਿੱਪਾ ਮਾਰ ਕੇ ਵਹਿ ਪਈ। ਸੈਯਦਾ ਦੇ ਅੰਮਾ ਸ਼ਾਮ ਦਾ ਜੰਗਲ ਏ, ਤੇਰੀ 4 ਸਾਲ ਦੀ ਧੀ ਜੋ ਮਰ ਗਈ, ਹੁਣ ਇਹਦੇ ਦੁੱਖੇ ਤੇ ਔਖੇ ਵਹਿਣ ਕਿਉਂ ਪਈ ਕਰਦੀ? ਗੱਲ ਮਾਤ ਵੀ ਨਾਲ ਏ ਰਬਾਬ ਸੈਣ ਮਿੱਟੀ ਤੇ ਮੱਥਾ ਮਾਰੇ। ਪੁੱਤਰ ਦੀ ਦਾੜੀ ਚਮਕੇ ਬੀਬੀ ਆਦੀ ਤੰਡ ਪਿਓ ਦੇ ਅਸਲ ਗਵਾ ਤੇ ਮਰ ਗਈ ਹੈ ਸ਼ਾਮ ਵਿਚਾਲੇ। ਬੀਬੀਆਂ ਦੀ ਰੋਂਦਾ ਕਿਉਂ ਹੈ? ਹੁਣ ਰੱਸੀਆਂ ਖੋਲ ਜਾ, ਆਇਓ ਭੇੜ ਦੀਆਂ ਦਰਦਾਂ ਦੀ ਭਾਈ। ਹੱਥ ਨਾਲ ਤੇਰਾ ਸੀਨੇ ਤੇ ਨਹੀਂ ਆਇਆ ਬੀਬੀਆਂ ਦੀ ਬਾਬੇ ਦੀ ਮਾਤਮ ਦਾ, ਬੀਬੀਆਂ ਦੀ ਪਿਓ ਨੂੰ ਖੁਸ਼ ਦੇਵੇ ਦੀ ਰਹੀ ਹੈ। ਮਮਨੇ ਕਰਾਮ ਜੀ।